ਇਹਨਾਂ ਦਾ ਸੀਗਾ ਪਿੰਡ ਆਪਣੇ ਗਲੀ ਦੇ ਵਿੱਚ ਵਿਆਹ ਕਿਸੇ ਕੁੜੀ ਦਾ। ਉਹਨਾਂ ਦੇ ਜਦੋਂ ਕੁੜੀ ਦੇ ਵਿਆਹ ਦੇ ਵਿੱਚ ਡੀ ਜੇ ਲੱਗੇ ਹੋਏ ਸੀਗੇ, ਇਹਨਾਂ ਦਾ ਕੋਈ ਜਾਤੀ ਹੋਊਗਾ ਆਪਸਾ ਡੀ ਜੇ ਡੂਜੇ 'ਤੇ ਕਿਤੇ ਗੀਤਾਂ ਗੁੱਤਾਂ 'ਤੇ ਹੋ ਗਈ ਹੋਣੀ ਪ੍ਰੋਬਲਮ ਕਿਸੇ ਦੀ ਇਹਨਾਂ ਦੀ ਕੁੜੀ ਵਾਲਿਆਂ ਦੀ। ਉਹਨਾਂ ਨੇ ਜਾਣ ਚੱਕ ਕਰਦੇ ਕਰਦੇ ਪਿੱਛੇ ਡੱਕੇ ਖਾ ਪੀ ਕੇ ਨਸ਼ਾ ਪੱਲਾ, ਅਤੇ ਜਿਹੜਾ ਗਲੀ 'ਚ ਮਿਲਦਾ ਸੀ ਉਸੇ ਨੂੰ ਠੋਕ ਦਿੰਦੇ ਸੀ, ਜਿਹੜਾ ਗਲੀ 'ਚ ਮਿਲਦਾ ਉਸੇ ਨੂੰ ਠੋਕ ਦਿੰਦੇ ਸੀ। ਬਾਈ ਜੀ ਅਸੀਂ ਬਾਹਰ 'ਚ ਖੜ੍ਹੇ ਸੀਗੇ, ਪਹਿਲਾਂ ਵੱਡਾ ਜੇਠ ਮੇਰਾ ਖੜ੍ਹਾ ਸੀ, ਬਾਹਰ ਨਿਕਲ ਕੇ ਗੇਟ ਖੋਲ੍ਹਿਆ, ਉਹਦੇ ਨਾਲ ਦੀ ਨਾਲ ਉਹਨਾਂ ਨੇ ਗੜਾਸਾ ਮਾਰ ਕੇ ਉਹਨੂੰ ਸਿੱਟਤਾ। ਮੁੜ ਕੇ ਗਾਂ ਆ ਗਏ ਮੇਰੇ ਘਰਾਂ ਵਾਲੇ ਨੂੰ, ਉੱਥੇ ਥਾਂ 'ਤੇ ਮੌਤ ਕਰਤੀ, ਉਹਦੇ 2 ਗੜਾਸੇ ਮਾਰੇ ਸਿਰ 'ਚ। ਮੇਰਾ ਛੋਟਾ ਬ੍ਰਦਰ ਮੇਰੇ ਬੱਚੇ ਦੀ ਸ਼ਾਦੀ ਸੀਗੀ, ਉੱਧਰੋਂ ਆਇਆ ਸੀ, 15 ਮਿੰਟ ਹੀ ਹੋ ਗਏ ਸੀ ਉਹਨੂੰ ਆਏ ਨੂੰ। ਆ ਕੇ ਜਦੋਂ ਉਹਨੇ ਦੇਖਿਆ ਵੀ ਮੈਂ, ਚਲੋ ਲੜਾਈ ਹੁੰਦੀ ਹੈ, ਮੈਂ ਵੇਖਾਂ ਵੀ ਕੌਣ ਕਿਸੇ ਦੇ ਸੱਟ ਮਾਰ, ਕੀ ਗੱਲਬਾਤ ਹੁੰਦੀ ਹੈ, ਵੀ ਕੋਈ ਹੋ ਸਕਦਾ ਵੀ ਕੋਈ ਵੀ ਕੋਈ ਬੰਦਾ ਹੀ ਬੁੜੀ ਨੂੰ ਕੁੱਟਦਾ ਹੋਵੇ, ਚਲ ਆਪਾਂ ਛੜਾ ਦਿਆਂਗੇ। ਉਹਨੇ ਜਦੋਂ ਬਾਰ ਖੋਲਿਆ, ਬਾਰ ਖੋਲ੍ਹਣ ਨਹੀਂ ਦਿੱਤਾ, ਨਾਲ ਹੀ ਉਹਨਾਂ ਨੇ ਸਿਰ 'ਚ ਕਾਪਾ ਛੱਡਤਾ। ਪਤਾ ਹੀ ਨਹੀਂ ਲੱਗਾ ਸਾਡੇ ਨਾਲ ਕੋਈ ਉਹਨਾਂ ਦੀ ਗੱਲ ਨਹੀਂ ਸੀਗੀ, ਇਹੋ ਜਿਹੀ ਲੜਾਈ ਝਗੜੇ ਵਾਲੀ, ਅਸੀਂ ਤਾਂ ਖੜ੍ਹੇ ਵੇਂਦੇ ਸੀਗੇ, ਖੜਿਆਂ ਦਾ ਹੀ ਮਾਰ ਕੇ ਗਏ ਆ। ਜਿਹੜੇ ਬ੍ਰਦਰ ਦੀ ਮੇਰੇ ਦੀ ਡੈਥ ਹੋ ਗਈ ਅੱਜ, ਉਹਦੇ ਛੋਟੇ ਛੋਟੇ ਬੱਚੇ ਮੇਰੀ ਦੂਜੀ ਗਲੀ 'ਚ ਘਰ ਆ ਮੇਰੇ ਕੋਲ ਭੱਜ ਕੇ ਗਏ, ਡੈਡੀ ਡੈਡੀ ਨੂੰ ਮਾਰਤਾ, ਡੈਡੀ ਡੈਡੀ ਨੂੰ ਮਾਰਤਾ। ਮੈਂ ਉਸੇ ਵਕਤ ਭੱਜ ਕੇ ਆਇਆ ਜਦੋਂ ਵੇਖਿਆ ਤਾਂ ਮੇਰਾ ਬ੍ਰਦਰ ਜਮੀ ਖੂਨੋ ਖੂਨ ਹੋਇਆ ਪਿਆ ਸੀ ਅਤੇ ਗੁੰਮਸ਼ੁਦਾ ਹੋਇਆ ਪਿਆ ਸੀਗਾ। ਛਾਤੀ ਵਾਲੇ ਘਰ ਦੇ ਵਿੱਚ ਉਹਨਾਂ ਦਾ ਆਪਸੀ ਤਕਰਾਰ ਛੋਟੀ ਮੋਟੀ ਗੱਲ ਤੋਂ ਹੋ ਗਿਆ, ਉਹ ਗੁਰਸੇਵਕ ਸਿੰਘ ਦੇ ਸਾਹਮਣੇ ਮਿਲਿਆ ਨਹੀਂ, ਅਤੇ ਉਹਨਾਂ ਦੀ ਲੜਾਈ ਜਿਹੜੀ ਆ ਉਹ ਉਹਨਾਂ ਨੇ ਇਹਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਅਵਤਾਰ ਸਿੰਘ ਨੂੰ, ਜਿਹਦੇ ਵਿੱਚ ਉਹਦੀ ਮੌਤ ਹੋ ਗਈ। ਮੈਂ ਇਹ ਗੱਲ ਹੋਈ ਜੀ ਵੀ ਜਦੋਂ ਮੈਂ ਬੱਚੇ 'ਚ ਇਹਨਾਂ ਨੇ ਸੱਟਾਂ ਮਾਰਤੀਆਂ ਮੇਰੇ ਛੋਟੇ ਭਾਈ ਦੇ ਅਤੇ ਵੱਡੇ ਭਾਈ ਦੇ, ਇਹਨਾਂ ਨੇ ਜੀ ਇਹਨਾਂ ਦਾ ਸੀਗਾ ਪਿੰਡ ਆਪਣੇ ਗਲੀ ਦੇ ਵਿੱਚ ਵਿਆਹ ਕਿਸੇ ਕੁੜੀ ਦਾ। ਉਹਨਾਂ ਦੇ ਜਦੋਂ ਕੁੜੀ ਦੇ ਵਿਆਹ ਦੇ ਵਿੱਚ ਡੀ ਜੇ ਲੱਗੇ ਹੋਏ ਸੀਗੇ, ਇਹਨਾਂ ਦਾ ਕੋਈ ਜਾਤੀ ਹੋਊਗਾ ਆਪਸਾ ਡੀ ਜੇ ਡੂਜੇ 'ਤੇ ਕਿਤੇ ਗੀਤਾਂ ਗੁੱਤਾਂ 'ਤੇ ਹੋ ਗਈ ਹੋਣੀ ਪ੍ਰੋਬਲਮ ਕਿਸੇ ਦੀ ਇਹਨਾਂ ਦੀ ਕੁੜੀ ਵਾਲਿਆਂ ਦੀ। ਉਹਨਾਂ ਨੇ ਜਾਣ ਚੱਕ ਕਰਦੇ ਕਰਦੇ ਪਿੱਛੇ ਡੱਕੇ ਖਾ ਪੀ ਕੇ ਨਸ਼ਾ ਪੱਲਾ, ਅਤੇ ਜਿਹੜਾ ਗਲੀ 'ਚ ਮਿਲਦਾ ਸੀ ਉਸੇ ਨੂੰ ਠੋਕ ਦਿੰਦੇ ਸੀ, ਜਿਹੜਾ ਗਲੀ 'ਚ ਮਿਲਦਾ ਉਸੇ ਨੂੰ ਠੋਕ ਦਿੰਦੇ ਸੀ। ਮੇਰਾ ਛੋਟਾ ਬ੍ਰਦਰ ਮੇਰੇ ਬੱਚੇ ਦੀ ਸ਼ਾਦੀ ਸੀਗੀ, ਉੱਧਰੋਂ ਆਇਆ ਸੀ, 15 ਮਿੰਟ ਹੀ ਹੋ ਗਏ ਸੀ ਉਹਨੂੰ ਆਏ ਨੂੰ। ਆ ਕੇ ਜਦੋਂ ਉਹਨੇ ਦੇਖਿਆ ਵੀ ਮੈਂ, ਚਲੋ ਲੜਾਈ ਹੁੰਦੀ ਹੈ, ਮੈਂ ਵੇਖਾਂ ਵੀ ਕੌਣ ਕਿਸੇ ਦੇ ਸੱਟ ਮਾਰ, ਕੀ ਗੱਲਬਾਤ ਹੁੰਦੀ ਹੈ, ਵੀ ਕੋਈ ਹੋ ਸਕਦਾ ਵੀ ਕੋਈ ਵੀ ਕੋਈ ਬੰਦਾ ਹੀ ਬੁੜੀ ਨੂੰ ਕੁੱਟਦਾ ਹੋਵੇ, ਚਲ ਆਪਾਂ ਛੜਾ ਦਿਆਂਗੇ। ਉਹਨੇ ਜਦੋਂ ਬਾਰ ਖੋਲ੍ਹਿਆ, ਬਾਰ ਖੋਲ੍ਹਣ ਨਹੀਂ ਦਿੱਤਾ, ਨਾਲ ਹੀ ਉਹਨਾਂ ਨੇ ਸਿਰ 'ਚ ਕਾਪਾ ਛੱਡਤਾ। ਜਦੋਂ ਉਹਨੂੰ ਉਹਦੇ ਛੱਡਿਆ, 2 ਛੱਡ ਕੇ ਨਾਲ ਹੀ ਉਹਨੂੰ ਨਾਲੀ 'ਚ ਇਕੱਠਾ ਕਰਤਾ। ਮੁੜ ਕੇ ਉਦੋਂ ਬਾਅਦ ਮੇਰਾ ਵੱਡਾ ਬ੍ਰਦਰ ਸੀ, ਉੱਦਾਂ ਹੀ ਉਹਦੇ ਨਾਲ ਕੀਤੀ, ਉਹਦੇ ਬਾਰ 'ਚ ਜਦੋਂ ਉਹਨੇ ਬਾਰ ਖੋਲ੍ਹਿਆ ਅਤੇ ਉਹਦੇ ਨਾਲ ਵੀ ਇੱਦਾਂ ਕੀਤਾ, ਉਹਦੇ ਵੀ ਉਹਦੀ ਨਾਲ ਦੀ ਨਾਲ ਹੀ ਉਹਨਾਂ ਨੇ ਗੰਡਾਸਾ ਚੜ੍ਹਤਾ। ਫਿਰ ਜਦੋਂ ਮੈਨੂੰ ਪਤਾ ਚੱਲਾ ਵੀ ਛੋਟੇ ਛੋਟੇ ਬੱਚੇ ਮੇਰੇ ਜਿਹੜੇ ਬ੍ਰਦਰ ਦੀ ਮੇਰੇ ਦੀ ਡੈਥ ਹੋ ਗਈ ਅੱਜ, ਉਹਦੇ ਛੋਟੇ ਛੋਟੇ ਬੱਚੇ ਮੇਰੀ ਦੂਜੀ ਗਲੀ 'ਚ ਘਰ ਆ ਮੇਰੇ ਕੋਲ ਭੱਜ ਕੇ ਗਏ, ਡੈਡੀ ਡੈਡੀ ਨੂੰ ਮਾਰਤਾ, ਡੈਡੀ ਡੈਡੀ ਨੂੰ ਮਾਰਤਾ। ਮੈਂ ਉਸੇ ਵਕਤ ਭੱਜ ਕੇ ਆਇਆ ਜਦੋਂ ਵੇਖਿਆ ਤਾਂ ਮੇਰਾ ਬ੍ਰਦਰ ਜਮੀ ਖੂਨੋ ਖੂਨ ਹੋਇਆ ਪਿਆ ਸੀ ਅਤੇ ਗੁੰਮਸ਼ੁਦਾ ਹੋਇਆ ਪਿਆ ਸੀਗਾ। ਜਿਉਂ ਚੱਕਿਆ ਮੈਂ ਆਪਦਾ ਗੱਡੀ 'ਤੇ ਬਹਾਇਆ, ਗੱਡੀ 'ਤੇ ਬਹਾ ਕੇ ਆਪਦੀ ਦੇ ਅਤੇ ਬਾਘਾ ਪੁਰਾਣਾ ਹਸਪਤਾਲ ਦੇ ਵਿੱਚ ਲਿਜਾਣ ਲੱਗਾ ਸੀਗਾ, ਅਤੇ ਰਸਤੇ ਦੇ ਵਿੱਚ ਮੇਰਾ ਫਿਰ ਪਿੱਛਾ ਕਰਕੇ ਉਹਨਾਂ ਨੇ ਗੱਡੀ ਲਾ ਕੇ ਮੇਰੇ ਮਗਰ, ਅਤੇ ਸਾਨੂੰ ਸਟੋਰਾਂ ਕੋਲ ਸਾਨੂੰ ਫਿਰ ਜਾ ਕੇ ਘੇੜਿਆ। ਇੱਕ ਮੇਰੀ ਭਰਜਾਈ ਸੀ ਛੋਟੀ ਜਿਹਦੇ ਘਰੋਂ ਮੁੰਡੇ ਦੀ ਡੈਥ ਹੋ ਗਈ ਆ, ਇੱਕ ਮੇਰੀ ਵਾਈਫ ਸੀਗੀ, ਅਤੇ ਬਾਕੀ ਮੇਰੇ ਦੋਸਤ ਸੀ 2। ਅਤੇ ਜਦੋਂ ਮੇਰੇ ਮਾਰਿਆ ਤਾਂ ਮੇਰੇ ਮਾਰਿਆ ਬਾਬੇ ਨੇ, ਅਤੇ ਸ਼ੈਂਬਰ, ਅਤੇ ਇੱਕ ਮੁੰਡਾ ਹੈਗਾ ਦੂਜਾ ਗੰਜਾ, ਤਿੰਨਾਂ ਬੰਦਿਆਂ ਨੇ ਮਾਰਿਆ, 2 ਬੰਦੇ ਅਣ ਪਛਾਤੇ ਆ। ਕਾਰਨ ਕੀ ਰਿਹਾ, ਕਿਉਂ ਮਾਰਿਆ ਤੁਸੀਂ? ਕਾਰਨ ਜੀ ਮੈਨੂੰ ਇਹ ਨਹੀਂ ਪਤਾ ਲੱਗਿਆ ਵੀ ਮੈਂ ਵੀ ਕੀ ਕਾਰਨ ਸੀ, ਵੀ ਮੈਂ ਆਪਦੇ ਭਰਾ ਦੀ ਮਦਦ ਕਰ ਰਿਹਾ ਸੀ ਕਿ ਕੀ ਕਾਰਨ ਸੀ, ਇਹ ਮੈਨੂੰ ਨਹੀਂ ਪਤਾ ਲੱਗਿਆ। ਕਿਉਂ ਮਾਰਿਆ ਹੈ ਭਰਾ ਨੂੰ? ਕਿਉਂ ਮਾਰਿਆ ਭਰਾ ਨੂੰ ਜੀ? ਦੇਖੋ ਭਰਾ ਨੂੰ ਤਾਂ ਇੰਨੇ ਵਿੱਚ ਹੀ ਮਾਰਦਾ ਉਹਨਾਂ ਨੇ ਮਾਰਿਆ, ਉਹਦੇ ਵੀ ਇਹਨੇ ਬਾਰ ਖੋਲ੍ਹਿਆ, ਹੋ ਸਕਦਾ ਲੜਾਈ ਕਰਦਾ ਸਾਡੇ ਕੋਈ ਮਗਰ ਮਾਰੇ ਨਾ ਕੁਛ, ਉਹਦੇ ਕੋਲ ਕੁਛ ਨਹੀਂ ਸੀ। ਮਿੰਟ 15 ਹੀ ਹੋ ਗਏ ਉਹਨੂੰ ਮੇਰੇ ਘਰੋਂ ਆਏ ਨੂੰ ਸੀ,
ਸਾਡੇ ਤਕਰੀਬਨ ਮੇਰੇ ਵੱਡੇ ਬ੍ਰਦਰ ਦੇ ਛੋਟੇ ਬ੍ਰਦਰ ਦੀ ਤਾਂ ਡੈਥ ਹੀ ਹੋ ਗਈ ਮੇਰੇ ਮਾਰ ਗਏ ਇੱਕ ਉਹਨਾਂ ਦੇ ਮੁੰਡਾ ਰਿਸ਼ਤੇਦਾਰ ਆਇਆ ਸੀਗਾ ਮੇਰੇ ਵੱਡੇ ਬ੍ਰਦਰ ਦੇ ਉਹ ਮੁੰਡੇ ਦੇ ਵੀ ਸੱਟਾਂ ਲੱਗੀਆਂ ਹੋਈਆਂ ਹਾਂਜੀ ਗਲੀ 'ਚ ਗੇਟ ਭੰਨੇ ਉਹਨਾਂ ਨੇ ਦੋ ਘਰਾਂ ਦੇ ਇੱਕ ਮੁੰਡੇ ਦੇ ਨਾਲ ਜੱਗਾ ਉਹਦੇ ਵੀ ਮੁੰਡੇ ਦੇ ਸੱਟਾਂ ਮਾਰ ਕੇ ਗਏ ਨਹੀਂ ਜੀ ਕੋਈ ਜਾਤੀ ਦੁਸ਼ਮਣੀ ਨਹੀਂ ਵਧੀਆ ਹੱਸਦੇ ਖੇਡਦੇ ਵਧੀਆ ਇਲੈਕਸ਼ਨ ਮੌਕੇ 'ਚ ਸਰਪੰਚ ਦੇ ਵਧੀਆ ਸੀ ਗੱਲਾਂ ਬਾਤਾਂ ਕਰਦੇ ਬਹੁਤ ਵਧੀਆ ਚੱਲਦੇ ਸੀਗੇ ਕੋਈ ਸਾਨੂੰ ਇਹੋ ਜਿਹੀ ਪ੍ਰੋਬਲਮ ਨਹੀਂ ਸੀਗੀ ਸਾਡੇ ਡੀ ਜੇ ਵਾਲੇ ਆਪਣੇ ਆਪਸ ਮੇਂ ਹੀ ਲੱਗੇ ਜੀ ਉਹ ਬਾਈ ਜੀ ਅਸੀਂ ਬਾਹਰ 'ਚ ਖੜ੍ਹੇ ਸੀਗੇ ਪਹਿਲਾਂ ਵੱਡਾ ਜੇਠ ਮੇਰਾ ਖੜ੍ਹਾ ਸੀ ਬਾਹਰ ਨਿਕਲ ਕੇ ਗੇਟ ਖੋਲ੍ਹਿਆ ਉਹਦੇ ਨਾਲ ਦੀ ਨਾਲ ਉਹਨਾਂ ਨੇ ਗੜਾਸਾ ਮਾਰ ਕੇ ਉਹਨੂੰ ਸਿੱਟਤਾ ਮੁੜ ਕੇ ਗਾਂ ਆ ਗਏ ਮੇਰੇ ਘਰਾਂ ਵਾਲੇ ਨੂੰ ਉੱਥੇ ਥਾਂ 'ਤੇ ਮੌਤ ਕਰਤੀ ਉਹਦੇ ਦੋ ਗੜਾਸੇ ਮਾਰੇ ਸਿਰ 'ਚ ਉਹ ਇੱਕ ਮੁੰਡਾ ਸ਼ੈਂਬਰ ਸੀਗਾ ਇੱਕ ਬਾਬਾ ਸੀਗਾ ਇੱਕ ਦਾ ਨਾਂ ਸੀਗਾ ਦੂਜਾ ਗਿੰਦੀ ਸੀਗਾ ਅਤੇ ਦੋ ਰਿਸ਼ਤੇਦਾਰ ਆਏ ਸੀ ਕਿਸੇ ਦੇ ਘਰ ਉਹ ਸੀਗੇ ਨਾਲ ਪਤਾ ਹੀ ਨਹੀਂ ਲੱਗਾ ਸਾਡੇ ਨਾਲ ਕੋਈ ਉਹਨਾਂ ਦੀ ਗੱਲ ਨਹੀਂ ਸੀਗੀ ਇਹੋ ਜਿਹੀ ਲੜਾਈ ਝਗੜੇ ਵਾਲੀ ਅਸੀਂ ਤਾਂ ਖੜ੍ਹੇ ਵੇਂਦੇ ਸੀਗੇ ਖੜਿਆਂ ਦੇ ਹੀ ਮਾਰ ਕੇ ਗਏ ਆ ਜ਼ਿਆਦਾ ਮਾਰ ਕੇ ਸੈੱਟ ਹੀ ਗਏ ਉਹਨੂੰ ਤਾਂ ਹਾਂ ਉਹ ਆਪਸ ਮੈਂ ਗਾਂਹ ਕਿਸੇ ਨਾਲ ਲੜਦੇ ਸੀਗੇ ਗਾਂਹ ਤੁਰੇ ਜਾਂਦੇ ਅਤੇ ਗਲੀ 'ਚ ਤੁਰੇ ਜਾਂਦੇ ਹੀ ਮਾਰ ਗਏ ਉਹਦੇ ਬਾਹਰ 'ਚ ਖੜ੍ਹੇ ਦੇ ਇਹ ਮਾਮਲਾ ਇਹ ਰਾਤ ਉੱਥੇ ਕੋਈ ਫੰਕਸ਼ਨ ਸੀ ਗੁਆਂਢੀਆਂ ਦੇ ਘਰ ਅਤੇ ਜਿੱਥੇ ਦੋ ਮੁੰਡਿਆਂ ਦੀ ਆਪਸ ਵਿੱਚ ਤਕਰਾਰ ਹੋਈ ਸੀ ਇਹਨਾਂ ਦੇ ਵਿੱਚ ਗੁਰਪ੍ਰੀਤ ਸਿੰਘ ਗਿੱਧੀ ਆ ਉਹ ਗਿਆ ਅਤੇ ਉਹ ਨਾਲ ਪੰਜ ਛੇ ਜਣੇ ਹੋਰ ਲੈ ਆਇਆ ਉਹਨੇ ਲਿਆ ਕੇ ਅਤੇ ਜਿਹਦੇ ਨਾਲ ਉਹਦਾ ਬਹਿਸ ਸਹੀ ਹੋਈ ਸੀ ਉਹਦੇ ਫਾਦਰ ਦੇ ਅਤੇ ਉਹਦੇ ਦੋ ਚਾਚਿਆਂ ਦੇ ਸੱਟਾਂ ਮਾਰੀਆਂ ਜਿਨ੍ਹਾਂ ਵਿੱਚ ਉਹਦਾ ਜਿਹੜਾ ਇੱਕ ਚਾਚਾ ਹੈ ਅਵਤਾਰ ਸਿੰਘ ਤਾਰਾ ਉਹਦੀ ਡੈਥ ਅਵਤਾਰ ਸਿੰਘ ਦਾ ਸਰ ਕਾਰਨ ਕੀ ਰਿਹਾ ਕਿਉਂ ਮਾਰਿਆ ਗਿਆ ਮਾਰਨ ਦਾ ਕਾਰਨ ਇਹੀ ਸੀ ਕਿ ਉੱਥੇ ਸ਼ਾਦੀ ਵਾਲੇ ਘਰ ਦੇ ਵਿੱਚ ਉਹਨਾਂ ਦਾ ਆਪਸੀ ਤਕਰਾਰ ਛੋਟੀ ਮੋਟੀ ਗੱਲ ਤੋਂ ਹੋ ਗਿਆ ਅਵਤਾਰ ਹੋਰਾਂ ਨਾਲ ਹੋਇਆ ਸੀਗਾ ਕਿ ਉਹਨਾਂ ਦਾ ਨਹੀਂ ਉਹਦੇ ਭਤੀਜੇ ਨਾਲ ਹੋਇਆ ਸੀ ਗੁਰਸੇਵਕ ਸਿੰਘ ਨਾਲ ਹੋਇਆ ਸੀ ਅਵਤਾਰ ਸਿੰਘ ਨੂੰ ਕਿਉਂ ਮਾਰਿਆ ਗਿਆ ਨਹੀਂ ਉਹ ਜਦੋਂ ਆਏ ਲੜਨ ਵਾਸਤੇ ਅਤੇ ਉਹਨਾਂ ਨੇ ਆ ਕੇ ਅਤੇ ਫਿਰ ਉਹ ਗੁਰਸੇਵਕ ਸਿੰਘ ਦੇ ਸਾਹਮਣੇ ਮਿਲਿਆ ਨਹੀਂ ਅਤੇ ਉਹਨਾਂ ਦੀ ਲੜਾਈ ਜਿਹੜੀ ਆ ਉਹ ਉਹਨਾਂ ਨੇ ਇਹਨੂੰ ਮਾਰਦਾ ਕੁੱਟਣਾ ਸ਼ੁਰੂ ਕਰ ਦਿੱਤਾ ਅਵਤਾਰ ਸਿੰਘ ਨੂੰ ਜਿਹਦੇ ਵਿੱਚ ਉਹਦੀ ਮੌਤ ਪਹਿਲਾਂ ਵੀ ਕੋਈ ਨਹੀਂ ਪਹਿਲਾਂ ਨਹੀਂ ਕੋਈ ਲੜਾਈ ਚੱਕਰ ਹਾਂ ਡੀ ਜੇ ਦੇ ਉੱਤੋਂ ਇਹਨੇ ਬੰਦ ਕਰ ਦਿੱਤਾ ਜਿਹੜਾ ਅਮ੍ਰਿਤਕ ਦਾ ਭਤੀਜਾ ਉਹਨੇ ਬੰਦ ਕਰ ਦਿੱਤਾ ਸੀ ਅਤੇ ਉਹ ਕਹਿੰਦੇ ਵੀ ਤੂੰ ਸਾਨੂੰ ਵੇਖ ਕੇ ਬੰਦ ਕੀਤਾ ਪਰ ਉਹਨੇ ਲੇਟ ਨਾਈਟ ਹੋਣ ਕਰਕੇ 9:30 ਬੰਦ ਕਰ ਦਿੱਤਾ ਸੀ ਬਸ ਇੰਨਾ ਕੁ ਚੱਕਰ ਕਾਰਵਾਈ 302 ਦਾ ਮੁਕੱਦਮਾ ਦਰਜ ਕਰ ਦਿੱਤਾ 6 ਜਣੇ ਨਹੀਂ ਅਜੇ ਤੱਕ ਨਹੀਂ ਬਈ ਅਰੈਸਟ ਕਰਨ ਦੀ ਹਰ ਕੋਸ਼ਿਸ਼ ਸੰਭਵ ਕੋਸ਼ਿਸ਼ ਜਾਰੀ ਹੈ ਜਿਹੜੇ ਦੂਜੇ ਜ਼ਖਮੀ ਉਹਨਾਂ ਦੀ ਕੰਡੀਸ਼ਨ ਕਿੱਦਾਂ ਉਹ ਠੀਕ ਹੈ ਜੀ